ਸਭ ਤੋਂ ਪਹਿਲਾਂ ਤਾਂ ਮੈਂ ਕਮਲੇਸ਼ ਜੀ ਨੂੰ ਸ਼ਰਧਾਂਜਲੀ ਭੇਟ ਕਰਦਾ ਅਤੇ ਉਹਨਾਂ ਨੂੰ ਸਲਾਮ ਕਰਦਾ। ਆਪਾਂ ਨੂੰ ਸਾਰਿਆਂ ਨੂੰ ਕਾਮਰੇਡ ਬੈਠੇ ਆ, ਮੈਨੂੰ ਸਾਰਿਆਂ ਨੂੰ ਪਤਾ ਆ ਬਈ ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਲੋਕਾਂ ਦੇ ਨਾਂ ਲਾਈ ਆ ਅਤੇ ਮੈਨੂੰ ਉਹਨਾਂ ਨਾਲ ਚਾਰ ਪੰਜ ਦਿਨ ਬਿਤਾਉਣ ਦਾ ਟਾਈਮ ਮਿਲਿਆ ਸੀ 1993 ਵਿੱਚ, ਅਤੇ ਮੈਂ ਦਿੱਲੀ ਰਿਹਾ ਸੀਗਾ ਅਤੇ ਮੈਨੂੰ ਦਿੱਲੀ ਗਿਆ ਸੀ ਅਤੇ ਮੈਂ ਮਾਮੀ ਜੀ ਨੂੰ ਪੁੱਛਿਆ, ਮੈਂ ਕਿਹਾ ਮਾਮੀ ਬਈ ਕਾਮਰੇਡ ਜੀ ਇਹ ਗੱਲਾਂ ਕੀ ਕਰਦੇ ਆ, ਜਿਹੜੇ ਬੰਦੇ ਬਹੁਤ ਆਉਂਦੇ ਆ। ਅਤੇ ਉਹ ਕਹਿੰਦੇ ਕਾਕਾ ਵੇ ਤੂੰ ਪੁੱਛ ਲਈ, ਕਾਮਰੇਡ ਨੂੰ ਆਪ ਪੁੱਛ ਲਈ। ਅਤੇ ਮੈਂ ਕਾਮਰੇਡ ਜੀ ਨੂੰ ਪੁੱਛਿਆ, ਉਹ ਕਹਿੰਦਾ ਤੂੰ ਇੱਦਾਂ ਕਰ ਰਹਿ ਲਾ 2-4 ਦਿਨ ਅਤੇ ਆਪਾਂ ਦੇਖ ਲਈ ਕੀ ਗੱਲਾਂ ਹੋਣੀਆਂ। ਅਤੇ ਮੈਨੂੰ ਨਾਲ ਉਹਨਾਂ ਨੇ 4-5 ਦਿਨ ਰੱਖਿਆ ਅਤੇ ਮੈਂ 2 ਗੱਲਾਂ ਸ਼ੇਅਰ ਕਰਨੀਆਂ ਚਾਹੁੰਦਾ ਜਿਹੜੀਆਂ ਮੈਂ ਉਹਨਾਂ ਤੋਂ ਸਿੱਖੀਆਂ ਜਾਂ ਉਹਨਾਂ ਨੇ ਦੱਸੀਆਂ ਮੈਨੂੰ ਉਸ ਟਾਈਮ ਤੋਂ। ਪਹਿਲੀ ਗੱਲ ਤਾਂ ਬੜੇ ਉੱਥੇ ਲੀਡਰ ਆਉਂਦੇ ਸੀਗੇ, ਬੜੇ ਉੱਥੇ ਪ੍ਰਾਈਮ ਮਿਨਿਸਟਰ ਆਉਂਦਾ ਸੀ, ਇੱਥੇ ਆਪਣੇ ਕਾਂਗਰਸੀ ਆਉਂਦੇ ਸੀਗੇ, ਹੋਰ ਵੱਖਰੀਆਂ ਵੱਖਰੀਆਂ ਪਾਰਟੀਆਂ ਤੋਂ ਬਹੁਤ ਉਹਨਾਂ ਨੂੰ ਸਲਾਹ ਲੈਣ ਆਉਂਦੇ ਸੀਗੇ ਅਤੇ ਉਹ ਹਮੇਸ਼ਾ ਹੀ ਸਲਾਹ ਜਿਹੜੀ ਦਿੰਦੇ ਸੀ ਉਹ ਲੋਕਾਂ ਦੇ ਹੱਕਾਂ ਦੀ ਦਿੰਦੇ ਅਤੇ ਸਹੀ ਸਲਾਹ ਦਿੰਦੇ ਸੀਗੇ, ਬਹੁਤ ਸਪਸ਼ਟ, ਯਾਨੀ ਕਿ ਬਈ ਜਿਹੜੀ ਸਲਾਹ ਲੋਕਾਂ ਦੇ ਫਾਇਦੇਮੰਦ ਹੋਵੇ। ਇਹ ਨਹੀਂ ਵੀ ਸਾਡੀ ਪਾਰਟੀ ਨੂੰ ਹੋਵੇ ਉਹ ਸਲਾਹ ਦੇਣੀ, ਵੀ ਜਿਹੜੀ ਲੋਕਾਂ ਦੀ ਗੱਲ ਹੋਵੇ ਅਤੇ ਸੱਚੀ ਸਹੀ ਸਲਾਹ ਦਿੰਦੇ। ਇੱਕ ਤਾਂ ਗੱਲ ਮੈਂ ਉਹਨਾਂ ਤੋਂ ਇਹ ਸਿੱਖੀ ਵੀ ਜਿਹੜੀ ਸਲਾਹ ਕਿਸੇ ਨੂੰ ਦੇਣੀ ਆ ਸਹੀ ਸਲਾਹ ਦਿਓ, ਗਲਤ ਸਲਾਹ ਨਾ ਦਿਓ। ਦੂਜੀ ਗੱਲ ਉਹਨਾਂ ਨੇ ਮੈਨੂੰ ਦੱਸੀ, ਕਹਿੰਦਾ ਕਾਕਾ ਬਈ ਇੱਥੇ ਸੀਟਾਂ ਲੈਣ ਵਾਲੇ ਵੀ ਆਉਂਦੇ ਆ, ਇੱਥੇ ਦੂਜੀਆਂ ਪਾਰਟੀਆਂ ਦੇ ਬੰਦੇ ਸੀਟਾਂ ਲੈਣ ਆਉਂਦੇ ਆ, ਸਾਡੀ ਪਾਰਟੀ 'ਚੋਂ ਆਉਂਦੇ ਆ। ਕਹਿੰਦਾ ਮੈਂ ਤੈਨੂੰ ਇੱਕ ਗੱਲ ਦੱਸਣੀ ਚਾਹੁੰਦਾ ਬਈ ਕੁਰਸੀ ਮਗਰ ਕਦੇ ਵੀ ਜਿਹੜਾ ਭੱਜਦਾ ਉਹ ਉਹਨੂੰ ਕੁਰਸੀ ਨਹੀਂ ਮਿਲਦੀ, ਉਹ ਪਰ ਦੌੜਦੀ ਆ। ਜਿਹੜਾ ਕੰਮ ਕਰਦਾ ਬੰਦਾ ਉਹਦੇ ਪਿੱਛੇ ਕੁਰਸੀ ਆਉਂਦੀ ਆ। ਮੈਂ ਉਹਨਾਂ ਤੋਂ 2 ਗੱਲਾਂ ਇਹ ਸਿੱਖੀਆਂ ਅਤੇ ਮੈਨੂੰ ਬੜਾ ਮਾਣ ਆ ਵੀ ਉਹ ਉਹਨਾਂ ਦੇ ਨਾਲ ਮੈਂ 3-4 ਦਿਨ ਆਪਣੀ ਜ਼ਿੰਦਗੀ ਦੇ ਗੁਜ਼ਾਰੇ ਆ। ਅਤੇ ਮੈਂ ਆਪਣੇ ਇੰਡੋ ਕੈਨੇਡੀਅਨ ਵਰਕਰਸ ਐਸੋਸੀਏਸ਼ਨ ਦਾ ਬਹੁਤ ਧੰਨਵਾਦ ਕਰਦਾ, ਕਿਉਂਕਿ ਇਹ ਬੜੇ ਲੰਬੇ ਸਮੇਂ ਤੋਂ ਕਾਂਗਰਸ ਜੀ ਦੀ ਸੋਚ ਜਾਂ ਪਾਰਟੀ ਦੀ ਸੋਚ ਨੂੰ ਲੈ ਕੇ ਚੱਲੇ ਆ ਰਹੇ ਆ ਅਤੇ ਮੈਂ ਇਹਨਾਂ ਦਾ ਅੱਗੇ ਬਹੁਤ ਧੰਨਵਾਦ ਕਰਦਾ, ਕਿਉਂਕਿ ਉਹਨਾਂ ਦੀ ਸੋਚ, ਅੱਜ ਆਪਾਂ ਉਹਨਾਂ ਦਾ ਬਰਸੀ ਮਨਾ ਰਹੇ ਹਾਂ, ਉਹਨਾਂ ਦੀ ਸੋਚ ਗਾਂਹ ਲੈ ਕੇ ਜਾਣ ਨਾਲ ਆਪਣਾ ਉਹਨਾਂ ਨੂੰ ਅਸਲੀ ਸ਼ਰਧਾਂਜਲੀ ਹੋਊਗੀ। ਥੈਂਕ ਯੂ।